ਹਾਂਜੀ ਕਦੋਂ ਹੋਇਆ ਤੁਹਾਡਾ ਗੈਸਟ੍ਰਿਕ ਬਾਈਪਾਸ? 14 ਅਗਸਤ ਨੂੰ ਹੋਇਆ, 3 ਮੰਥਸ ਹੋ ਗਏ ਨੇ। ਅੱਛਾ ਜੀ, ਐਗਜ਼ੈਕਟਲੀ ਕੀ ਸਰਜਰੀ ਹੋਈ ਹੈ ਤੁਹਾਨੂੰ ਦਾ ਨਾਮ ਪਤਾ? ਬਾਰੀਟਿਕ ਸਰਜਰੀ ਹੈ, ਮਿਨੀ ਗੈਸਟ੍ਰਿਕ ਬਾਈਪਾਸ। ਯੈਸ, ਥਿਸ ਇਜ਼ ਮਿਨੀ ਗੈਸਟ੍ਰਿਕ ਬਾਈਪਾਸ। ਹਾਂਜੀ ਸਰ। ਸੋ ਸਰਜਰੀ ਦੇ ਟਾਈਮ ਕਿੰਨਾ ਵੇਟ ਸੀ ਤੁਹਾਡਾ? ਮੇਰਾ ਸਰ 125 ਸੀਗਾ ਉਸ ਵਕਤ। ਮੈਂ 125। ਅੱਛਾ, ਹੁਣ ਕਿੰਨਾ ਹੈਗਾ? ਮੇਰਾ 97। ਓਕੇ, ਕਿੰਨੀ ਦੇਰ ਹੋ ਗਈ ਸਰਜਰੀ ਨੂੰ? 3 ਮੰਥਸ ਹੋ ਗਏ, 28 ਕੇਜੀ ਡਾਊਨ ਹੋ ਮੈਂ। ਓਕੇ, ਸੋ ਇਨ 3 ਮੰਥਸ ਯੂ ਲਾਸਟ 28 ਕਿਲੋ। ਯੈਸ ਸਰ। ਹੁਣ ਮੇਰਾ ਹੈਗਾ ਨੀਅਰ ਅਬਾਊਟ 60-65 ਮੈਕਸਿਮਮ। ਓਕੇ, ਸੋ ਇਹ ਜਿਹੜੀਆਂ ਪ੍ਰੋਬਲਮਸ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਸਲੀਪ ਐਪਨੀਆ, ਸੌਣ ਵੇਲੇ ਜਿਹੜਾ ਘਰਾੜੇ ਵੱਜਣੇ ਆ, ਆਕਸੀਜਨ ਕਰਨੀ ਆ, ਆਮ ਆਪਣੇ ਬਹੁਤ ਸਾਰੇ ਪੇਸ਼ੈਂਟਸ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਹੈ। ਲੋਕਾਂ ਨੂੰ ਪਤਾ ਨਹੀਂ ਹੈ ਕਿ ਘਰਾੜੇ ਜਿਹੜੇ ਮਾਰਦੇ ਆ ਇਹਦੇ ਪਿੱਛੇ ਬਿਮਾਰੀ ਹੈ। ਔਰ ਖਾਸ ਕਰਕੇ ਉਹ ਪੇਸ਼ੈਂਟ ਜਿਹਨਾਂ ਦੀ ਨੈਕ, ਜਿੱਦਾਂ ਤੁਹਾਡਾ ਨੈਕ ਸੀਗਾ, ਕਈ ਵਾਰੀ ਪੇਸ਼ੈਂਟ ਦਾ ਵੇਟ 150 ਕਿਲੋ 200 ਕਿਲੋ ਵੀ ਹੁੰਦਾ, ਪਰ ਉਹਨਾਂ ਦਾ ਨੈਕ ਇੰਨਾ ਵਾਈਡ ਨਹੀਂ। ਬਿਲਕੁਲ। ਮੈਂ ਅੱਛਾ, ਕਈ ਪੇਸ਼ੈਂਟ ਦਾ ਵੇਟ ਸਿਰਫ 1 ਕੁਇੰਟਲ ਹੀ ਹੁੰਦਾ ਪਰ ਗਰਦਨ ਬਹੁਤ ਭਾਰੀ ਹੈ, ਸੋ ਉਹਨਾਂ ਨੂੰ ਵੀ ਸਲੀਪ ਐਪਨੀਆ ਹੋ ਸਕਦਾ। ਇਹਦੀ ਨਿਸ਼ਾਨੀ ਇਹੀ ਹੈ ਕਿ ਦਿਨ ਚ ਨੀਂਦ ਆਊਗੀ ਤੁਹਾਨੂੰ, ਬੈਠੇ ਬੈਠੇ ਨੀਂਦ ਆ ਜਾਂਦੀ ਹੈ। ਉੱਥੋਂ ਤੁਹਾਨੂੰ ਪਤਾ ਲੱਗਦਾ ਕਿ ਜੇ ਇਸ ਤਰ੍ਹਾਂ ਹੋ ਰਿਹਾ ਇਹਦਾ ਮਤਲਬ ਰਾਤ ਨੂੰ ਤੁਹਾਡੀ ਆਕਸੀਜਨ ਘਟਦੀ ਹੈ, ਤਾਂ ਹੀ ਦਿਨ ਚ ਨੀਂਦ ਆਉਂਦੀ ਹੈ। ਸੋ ਰਾਤ ਨੂੰ ਫਿਰ ਤੁਹਾਨੂੰ ਉਹਦੀ ਮਸ਼ੀਨ ਦੀ ਲੋੜ ਹੈ, ਜਿਵੇਂ ਤੁਸੀਂ ਪਹਿਲਾਂ ਲਾ ਰਹੇ ਸੀ। ਮੈਂ ਮਸ਼ੀਨ ਯੂਜ਼ ਕਰ ਰਿਹਾ। ਪਰ ਉਹ ਫਿਰ ਕਿੰਨੀ ਦੇਰ ਬਾਅਦ ਬੰਦ ਹੋਗੀ ਮਸ਼ੀਨ ਤੁਹਾਡੀ? ਆਪਰੇਸ਼ਨ ਤੋਂ ਮੈਂ 1 ਮਹੀਨਾ ਯੂਜ਼ ਕੀਤੀ ਹੈ, ਵੈਸੇ ਮੈਂ ਵਿੱਚ ਯੂਜ਼ ਛੱਡ ਦਿੱਤੀ 2-3 ਦਿਨ ਮੈਨੂੰ, ਮੈਂ ਬਿਲਕੁਲ ਨਾਰਮਲ ਸੀ, ਬਟ ਸਟਿਲ ਮੈਂ 1 ਮਹੀਨਾ ਐਜ਼ ਅ ਸੇਫਟੀ ਯੂਜ਼ ਕੀਤੀ ਹੈ। ਕੋਈ ਘਰਾੜਾ ਵਗੈਰਾ ਵੱਜਦਾ? ਬਿਲਕੁਲ ਵੀ ਨਹੀਂ, ਕੋਈ ਟੈਂਕ ਕੁਛ ਨਹੀਂ। ਸੋ ਇਹ ਸਲੀਪ ਐਪਨੀਆ ਬੇਸਿਕਲੀ ਇੱਕ ਬਿਮਾਰੀ ਹੈ ਜਿਹਦਾ ਇਹ ਟ੍ਰੀਟਮੈਂਟ ਹੈ, ਜਦੋਂ ਗਰਦਨ ਪਤਲੀ ਹੋ ਗਈ ਤਾਂ ਘਰਾੜੇ ਵੱਜਣੇ ਤੁਹਾਡੇ ਬੰਦ ਹੋ ਜਾਂਦੇ ਆ, ਤਾਂ ਤੁਹਾਡੀ ਆਕਸੀਜਨ ਵਧੀਆ, ਹੁਣ ਨੀਂਦ ਵਧੀਆ ਆਉਂਦੀ ਹੋਏਗੀ ਤੁਹਾਨੂੰ ਰਾਤ ਨੂੰ? ਬਹੁਤ ਵਧੀਆ, ਮਤਲਬ ਮੈਨੂੰ ਨੀ ਪਤਾ ਕਿੱਥੇ ਸੋ ਰਿਹਾ, ਬਿਲਕੁਲ ਰਿਲੈਕਸ ਹੋ ਕੇ ਬਸ ਸਵੇਰੇ ਉੱਠ ਕੇ ਬੰਦਾ ਐਨਰਜੈਟਿਕ ਫੀਲ ਕਰਦਾ, ਜਿੱਥੇ ਪਹਿਲੇ ਰਾਤ ਹੋਵੇਗਾ ਕੋਈ ਪਤਾ ਨੀ, ਸੋਣਾ ਪਏਗਾ, ਔਖਾ ਹੀ ਹੋਣਾ। ਜਿਹੜਾ ਸੁਣਦੇ ਹੈਗੇ ਜੀ ਪੇਸ਼ੈਂਟ ਸੁੱਤਾ ਪਿਆ ਰਹੇਗਾ ਰਾਤ ਨੂੰ, ਬੇਸਿਕਲੀ ਦੈਟ ਇਜ਼ ਬਿਕੌਜ਼ ਆਫ ਸਲੀਪ ਐਪਨੀਆ। ਯੰਗ ਪੇਸ਼ੈਂਟਸ ਨੂੰ ਸੁੱਤੇ ਪਏ ਕਦੀ ਹਾਰਟ ਅਟੈਕ ਨਹੀਂ ਹੁੰਦਾ, ਬਟ ਇਹ ਸਲੀਪ ਐਪਨੀਆ ਇੱਕ ਐਸੀ ਚੀਜ਼ ਆ ਜਿਹੜੀ ਕਿ ਆਪਣੀ ਯੰਗ ਜਨਰੇਸ਼ਨ ਨੂੰ ਕਾਫੀ ਇਫੈਕਟ ਕਰ ਰਹੀ ਹੈ, ਕਿਉਂਕਿ ਹੁਣ ਆਪਣੀ ਡਾਇਟ ਵਗੈਰਾ ਇੱਦਾਂ ਹੋਈ ਜਾਂਦੀ ਆ, ਹਰ ਰੋਜ਼ ਤੁਸੀਂ ਪੀਜ਼ਾ ਬਰਗਰ ਹੀ ਚੱਲੀ ਜਾਂਦਾ, ਤੇ ਥੋੜਾ 15-20 ਕਿਲੋ ਵੀ ਵੇਟ ਵੱਧਦਾ ਤਾਂ ਘਰਾੜੇ ਸ਼ੁਰੂ ਹੋ ਜਾਂਦੇ ਆ, ਉੱਪਰੋਂ ਜੇ ਤੁਸੀਂ ਡਰਿੰਕ ਕਰਕੇ ਪੈ ਗਏ ਤਾਂ ਹੋਰ ਜ਼ਿਆਦਾ ਉਹਦਾ ਰਿਸਕ ਜਿਹੜਾ ਸ਼ੁਰੂ ਹੋ ਜਾਂਦਾ। ਬਾਕੀ ਇਹ ਦੱਸੋ ਤੁਹਾਨੂੰ ਵੀਕਨੈਸ ਵਗੈਰਾ ਕਿੰਨੀ ਫੀਲ ਹੋ ਰਹੀ ਹੈ? ਮੈਨੂੰ ਬਿਲਕੁਲ ਵੀ ਵੀਕਨੈਸ ਫੀਲ ਨਹੀਂ ਹੋਈ। ਅੱਛਾ, ਮੈਂ ਆਪਰੇਸ਼ਨ ਡੈਕ ਦੇ ਤੋਂ ਲਿਕੁਇਡ ਲੈ ਰਿਹਾ, ਇੱਕ ਹਫ਼ਤੇ ਬਾਅਦ ਮੇਰੀ ਲਿਕੁਇਡ ਇਨਟੇਕ ਬਿਲਕੁਲ ਪ੍ਰੋਪਰ ਸ਼ੁਰੂ ਹੋ ਗਈ ਸੀ। ਅੱਛਾ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਇੱਕ ਲਿਕੁਇਡ ਪ੍ਰੋਪਰ ਜੋ ਜਾ ਰਿਹਾ ਸੀ, ਸੈਮੀ ਸੋਲਿਡ ਵਗੈਰਾ, ਸੈਮੀ ਸੋਲਿਡ ਵਗੈਰਾ ਵੀ ਮੈਂ ਸ਼ੁਰੂ ਕਰ ਮੈਂ ਕਰਦੇ ਸੀਗੇ। ਅੱਛਾ, ਮਤਲਬ ਜੇ ਰੋਟੀ ਹੈ ਅਗਰ ਉਹਨੂੰ ਆਪਾਂ ਇੱਕ ਲਿਕੁਇਡ ਚੀਜ਼ ਤੇ ਗੁੰਨ ਲਾਂਗੇ ਤਾਂ ਉਹ ਵਧੀਆ ਤਰੀਕੇ ਨਾਲ ਅੰਦਰ ਚਲੀ ਜਾਂਦੀ ਹੈ, ਪ੍ਰੋਬਲਮ ਨਹੀਂ ਆਉਂਦੀ। ਕਿੰਨੀ ਦੇਰ ਬਾਅਦ ਨਾਰਮਲ ਤੁਸੀਂ ਡਾਇਟ ਲੈਣ ਲੱਗ ਗਏ ਸੀ? ਮੈਂ ਆਪਣਾ 15 ਡੇਜ਼ ਵਾਲਾ ਪਰਫੈਕਟ ਸੀ ਆਪਣੇ ਵੱਲੋਂ ਕਿ ਮੈਂ ਖਾਣਾ ਖਾ ਸਕਦਾ। ਮਿਨੀ ਗੈਸਟ੍ਰਿਕ ਬਾਈਪਾਸ ਹੈ ਬੇਸਿਕਲੀ, ਮਿਨੀ ਗੈਸਟ੍ਰਿਕ ਬਾਈਪਾਸ ਦਾ ਇਹ ਇੱਕ ਲੇਟੈਸਟ ਬੈਰੇਟਿਕ ਸਰਜਰੀ ਹੈ। ਬਿਲਕੁਲ, ਇਹਦੇ ਵਿੱਚ ਕੁਛ ਕੁਛ ਥੋੜੇ ਥੋੜੇ ਛੋਟੀਆਂ ਚੇਂਜਸ ਨੇ ਜਿਹੜੀਆਂ ਕਿ ਜਿਵੇਂ ਇੱਕ ਤਾਂ ਕਪੈਸਿਟੀ ਜ਼ਿਆਦਾ ਰੱਖਦੇ ਹਾਂ ਅਸੀਂ ਖਾਣ ਦੀ, ਤਾਂ ਕਿ ਪੇਸ਼ੈਂਟ ਜਲਦੀ ਬੈਕ ਟੂ ਨਾਰਮਲ ਆ ਜਾਏ। ਜਿਵੇਂ ਪਹਿਲਾਂ ਪੁਰਾਣੀਆਂ ਸਰਜਰੀਜ਼ ਦੇ ਵਿੱਚ ਕੀ ਹੁੰਦਾ ਸੀ ਕਿ ਪਾਊਚ ਬਹੁਤ ਛੋਟਾ ਬਣਾਉਂਦੇ ਸੀ, ਛੋਟੇ ਪਾਊਚ ਨਾਲ ਕੀ ਹੈ ਕਿ ਬਹੁਤ ਥੋੜਾ ਜਿਹਾ ਖਾ ਪਾਉਂਦਾ ਸੀ ਪੇਸ਼ੈਂਟ, 2 ਬੁਰਕੀਆਂ ਖਾ ਕੇ ਫਸ ਜਾਂਦੀਆਂ ਸੀ ਇਹਦੇ ਚ। ਹੁਣ ਜਿਵੇਂ ਤੁਸੀਂ ਇੱਕ ਫੁਲਕਾ ਆਰਾਮ ਨਾਲ ਖਾ ਲੈਂਦੇ ਹੋ, ਇਹ ਦਿਸ ਇਜ਼ ਵਾਟ ਇਜ਼ ਰਿਕੁਆਇਰਡ, ਕਿਉਂਕਿ ਤਾਂ ਹੀ ਹੈਲਦੀ ਡਾਇਟ ਤੁਸੀਂ ਲੈ ਸਕਦੇ ਹੋ ਜੇ ਤੁਹਾਡੀ ਇੱਕ ਮੋਡਰੇਟ ਕਪੈਸਿਟੀ ਹੈਗੀ ਹੈ, ਐਂਡ ਦਿਸ ਇਜ਼ ਵਨ ਡਿਫਰੈਂਸ ਵਿਦ ਮਿਨੀ ਗੈਸਟ੍ਰਿਕ ਬਾਈਪਾਸ। ਅੱਛਾ, ਦੂਸਰਾ ਇਹ ਹੈ ਕਿ ਜਿਵੇਂ ਕੋਈ ਪੇਟ ਚ ਕੋਈ ਡਰੇਨਸ ਵਗੈਰਾ ਨਹੀਂ ਪਾਉਂਦੇ, ਤੁਹਾਡੇ ਕੋਈ ਨਾਲੀ ਤਾਂ ਨਹੀਂ ਪੇਟ ਦੇ ਵਿੱਚ ਲਟਕਾਈ ਸੀ ਆਪਾਂ,
That is one good thing about mini gastric bypass. मेरे फ्रेंड्स ने वो देख दे ना शॉक में कि मैं इसलिए कुछ भी नहीं है पेट के ऊपर. You cannot. छोटे स्टेपल हैं बस. क्यों? Very fine. वो कहने के लिए seriously तो ऑपरेट कराया मैं कहा मैंने कहते कुछ है ही नहीं जगह पे. Yes. तो पता भी नहीं लगता ना जी मतलब. देखो शिफ्ट हमें साइज भी कट जाता है ना उधर थोड़े स्कार्स भी छोटे हो जाते हैं. हाँ जी. है भी दूरबीन नाल ज्यादा नजर भी नहीं. सेफ्टी भी यही है कि कल कोई इन्फेक्शन का खतरा. मैं नेट से बहुत ज्यादा सर्च की कि आखिर है कि नहीं है अपनी सेफ्टी लिए. तो उस दिन यही थी कि मिनी गैस्ट्रिक बाईपास सब तो सेफ रिजल्ट इसका बहुत ज्यादा वेरी स्ट्रॉन्ग सर्जरी. इट्स लाइक यू नो मशीन गन. यू शुड अंडरस्टैंड द सर्जरी के भी ऑपरेशन कराया हेल्थी चीजा खानी जरूरी है. दैट इज द रीजन वाई यू डोंट हैव एनी वीकनेस. क्योंकि तुम चिकन खाने हो एग खाने हो जेडे पेशेंट प्योर वेजिटेरियन ने दे कैन हैव सम वीकनेस आफ्टर वेट लॉस. बट फॉर दैम द सोल्यूशन इज के वो दुध ज्यादा पीन. 2 किलो 3 किलो दुध भी पीते हैं जेडे वेजिटेरियन. या फिर दही दिन 3-4 बार दही खान ते पनीर हो गया मिल्क प्रोडक्ट ज्यादा रहन. बेसिकली हाई प्रोटीन डायट की थोड़ा लोड है इस सर्जरी तो बाद फिर तुसी वीकनेस नहीं फील होती. वाइटमिन का रोल है वाइटमिन एक रोज का लेना ही है. और ब्लड टेस्ट अपने करवाते रहने साल च एक बार जरूर ब्लड टेस्ट होने चाहिए. बाकी थोड़ा जो एक्सरसाइज भी रेगुलर लोड है. ए नहीं के आप कही जी हम ऑपरेशन करा लिया गुड फील बंदा करता है थोड़ा टोन होंगे अदरवाइज की है इना वेट लूज कर लिया थोड़ी थोड़ी मसल टोन भी घट जाती है. यू डोंट फील गुड जे तुसी 15 मिनट भी एक्सरसाइज कर लो डेली थोड़ी मसल टोन जी गुड हो जाती है. बाकी इन लॉन्ग रन भी आप देखना ना कि भार दोबारा ना वजे. और जे तुसी मान लो ज्यादा कोक डेली 4-5 बारी कोक पियोगे डेली आइसक्रीम 2-3 बारी खानी है फिर जे साल 4-5 किलो भी वध्या हौली हौली फिर वजूगा. दिस सर्जरी इज लाइक अ वेरी गुड गिफ्ट लाइक यू गेट अ न्यू कार बट यू नीड टू डू सम मेंटेनेंस. ओदी मेंटेनेंस दी लोड है. ए आ भी 10-15 मिनट एक्सरसाइज कर ली मिठिया चीजा तो बच के रहो ठीक है. ज्यादा ड्रिंक नहीं करनी एंड सिगरेट स्मोकिंग नहीं करनी ठीक है. थोड़ा बहुत परहेज रखना पैना बड़े भी ईजी वे आ इहदी मेंटेनेंस जिवें आ ईजी मेंटेनेंस आ कि ज्यादा नहीं कि डाइट चार्ट फॉलो करना बट ए खाओ मिठिया चीजा तो बचो एंड अपने टेस्ट करवाते रहो साल च एक बार. पेट भर पेट भर दी कुछ कर बेसिकली एडिक्शन नहीं होनी चाहिए. नहीं हो जी 15 बार चाह पीनी है. अगर स्टार्टिंग मैं एक पीस चिकन का खा रहा था मेरा साइकोलॉजिकली ये नहीं होता जी एक नाल की बनेगा मतलब. okay. वो भी मेरे लिए ठीक थी. yeah. वो सोच के आज मैं 2-3 मैं क्या चार पांच पीस भी खा रहा मैंने दो खाना इनफ है मैं गुड फील कर रहा मैं ओके रखा है. दिस इज द बेस्ट थिंग आई फील गुड अबाउट मिनी गैस्ट्रिक बाईपास के पेशेंट खा सकता क्योंकि सारे जो मोटापे वाले पेशेंट है खाने के शौकीन होंगे. जे तुसी इन्हां नूं ज्यादा टाइट कर दो फिर उदास हो जाते हैं. उस तो बाद मैं जब बाहर निकलिया तो मैं परफेक्ट थी. 50 डेज बाद मैं ड्राइव कर रहा था. मैं दिल्ली भी गया हर जगह गया मैं दिन भी खड़ता कोई प्रॉब्लम नहीं आई. मैं मिट्टा मीट खा रहा आके मैं चिकन लिता मतलब मेनू वीकनेस थी 15 डेज की टॉन्सिल दे ऑपरेशन में महीना रेस्ट किया. अच्छा अच्छा फिर उससे ज्यादा वीकनेस हो गई. गुड गुड चलो ठीक है जी. ऑलराइट ओके ऑल द बेस्ट.